ਕੋਈ ਨਹੀਂ 4 ਮਹੀਨੇ ਚ ਗਰੀਸ ਤੱਕਨ ਗੋਡਿਆਂ ਦੀ ਸੈੱਟ ਹੋ ਜਾਂਦੀ ਹੈ ਜੇ ਕਿਸੇ ਨੂੰ ਆਪਰੇਸ਼ਨ ਕਰਾਉਣ ਦੀ ਲੋੜ ਸ਼ੂਗਰ ਹਮੇਸ਼ਾ ਲਈ ਕੰਟਰੋਲ ਹੋ ਜਾਂਦੀ ਹੈ ਹਮੇਸ਼ਾ ਲਈ ਜੀ ਵੀਰ ਜੀ ਮੇਰਾ ਕੰਮ 5 ਪੀੜੀਆਂ ਤੋਂ ਤੇ ਸਾਡਾ ਪਾਕਿਸਤਾਨ ਵੀ ਸਾਡਾ ਇਹੀ ਕੰਮ ਸੀ ਮੈਂ ਨੁਕਤਾ ਵੀ ਦੇ ਸਕਦਾ ਕਿ ਹਰ ਬੱਚੇ ਨੂੰ ਕਿ ਆ ਜੀ ਇੱਕ ਨੁਕਤਾ ਇਹ ਸਾਰੇ ਜਣੇ ਯੂਜ਼ ਕਰ ਲਓ ਪਰ ਉਹ ਇੱਕ ਨੁਕਤਾ ਹਰ ਬੰਦੇ ਵਾਸਤੇ ਨਹੀਂ ਹਰ ਬੰਦੇ ਦੇ ਕੰਮ ਨਹੀਂ ਕਰੇਗਾ ਬਿਲਕੁਲ ਨਹੀਂ ਅਸੀਂ ਬਜ਼ੁਰਗਾਂ ਵਾਲੇ ਦੇਖਦੇ ਹਾਂ ਕਿ ਕਈ ਬਜ਼ੁਰਗ ਵੀ ਇਦਾਂ ਦੇ ਆਉਂਦੇ ਆ ਜੋ ਅੱਜ ਵੀ ਸਾਨੂੰ ਆਣ ਕੇ ਪੁੱਛਦੇ ਪਏ ਨੇ ਕਿ ਅਸ਼ਵਗੰਧਾ ਪਾਊਡਰ ਕਾਹਦੇ ਵਾਸਤੇ ਹੁੰਦਾ ਹੈ ਆਮਲਾ ਕਾਹਦੇ ਵਾਸਤੇ ਹੁੰਦਾ ਹੈ ਲੋਕਾਂ ਨੂੰ ਪਤਾ ਨਹੀਂ ਹੈ ਬਿਲਕੁਲ ਤ੍ਰਿਫਲਾ ਕਾਹਦੇ ਵਾਸਤੇ ਹੁੰਦਾ ਹੈ ਸਾਡੀ ਇਹ ਦਵਾਈ ਬਣਦੀ ਵੀ ਹੈ ਜੇ ਬੰਦੇ ਦੇ ਹਿਸਾਬ ਨਾਲ ਦਵਾਈ ਬਣੀ ਹੈ ਨੁਕਤੇ ਬੰਦੇ ਦੇ ਹਿਸਾਬ ਨਾਲ ਨੁਕਤਾ ਬਣਿਆ ਹੈ ਨੁਕਤੇ ਦੇ ਹਿਸਾਬ ਨਾਲ ਦਵਾਈ ਨਹੀਂ ਬਣੀ ਬੰਦੇ ਦੇ ਹਿਸਾਬ ਨਾਲ ਨੁਕਤਾ ਬਣਿਆ ਹੈ ਠੀਕ ਹੈ ਜੀ ਇਹ ਬੰਦਾ ਕਿਸ ਉਮਰ ਦਾ ਸਾਡੇ ਕੋਲ ਆਇਆ ਹੈ ਇਹਨੂੰ ਕੀ ਪ੍ਰੋਬਲਮ ਨੇ ਉਹਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਬਿਲਕੁਲ ਫਰੈਸ਼ ਆਯੁਰਵੈਦਿਕ ਐਕਸਟ੍ਰੈਕਟ ਦੇ ਨਾਲ ਚੀਜ਼ਾਂ ਸਾਰੀਆਂ ਰੈਡੀ ਹੋਈਆਂ ਨੇ ਦੇਖੋ ਇੱਕ ਖੁਰਾਕ ਹੈ ਠੀਕ ਹੈ ਜੀ ਨਾ ਕਿ ਇੱਕ ਦਵਾਈ ਦਵਾਈ ਨਹੀਂ ਇੱਕ ਖੁਰਾਕ ਹੈ ਹੋਰ ਕਰਦੇ ਹਾਂ ਕਿ ਬੀਪੀ ਬੀਪੀ ਦੀ ਪ੍ਰੋਬਲਮ ਕਾਫੀ ਸਾਡੇ ਵੀਰਾਂ ਨੂੰ ਅੱਜ ਕੱਲ ਛੋਟੀ ਉਮਰ ਤੋਂ ਸ਼ੁਰੂ ਹੋ ਜਾਂਦੀ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ ਸ਼ੁਰੂ ਹੋ ਜਾਂਦੀ ਆ ਭਾਜੀ ਦੇਖੋ 3-4 ਮਹੀਨੇ ਤੋਂ ਵੱਧ ਕੋਈ ਵੀ ਕੋਰਸ ਨਹੀਂ ਗਾ ਬਿਲਕੁਲ ਅਸੀਂ ਸ਼ੂਗਰ ਦੀ ਦਵਾਈ ਹਮੇਸ਼ਾ 400 ਤਰ੍ਹਾਂ ਦੀ ਆਈਟਮਾਂ ਨੇ ਕੋੜੀਆਂ ਖੁਸ਼ਕ ਨੇ ਸਾਰੀਆਂ ਆਪਾਂ ਇੱਕ ਵੀ ਆਈਟਮ ਨਹੀਂ ਸ਼ੂਗਰ ਦੇ ਵਿੱਚ ਪਾਉਣੀ ਆਪਾਂ ਉਹਨੂੰ ਤਾਕਤ ਦੇ ਨਾਲ ਠੀਕ ਕਰਨਾ ਠੀਕ ਹੈ ਹਾਂਜੀ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਸ਼ਹਿਰ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੁਹਾਨੂੰ ਇਸ ਕਰਕੇ ਲੈ ਕੇ ਆਏ ਹਾਂ ਜੇਕਰ ਤੁਹਾਡਾ ਬੀਪੀ ਤੁਹਾਡਾ ਕੋਲੇਸਟ੍ਰੋਲ ਜਾਂ ਇਹਦੇ ਨਾਲ ਨਾਲ ਦੀਆਂ ਸ਼ੂਗਰ ਹੋ ਗਈਆਂ ਜਾਂ ਇਸ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਦਾ ਸ਼ਰਤੀਆ ਇਲਾਜ ਕਰਾਉਣਾ ਚਾਹੁੰਦੇ ਹੋ ਭਾਵੇਂ ਤੁਸੀਂ ਪੰਜਾਬ ਦੇ ਕਿਸੇ ਕੋਨੇ 'ਚ ਬੈਠੇ ਹੋ ਭਾਵੇਂ ਦੁਨੀਆ ਦੇ ਕਿਸੇ ਕੋਨੇ 'ਚ ਬੈਠੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅਤੇ ਬਹੁਤਾ ਸਮਾਂ ਲਾ ਲੈਂਦੇ ਹੋਏ ਦੋਸਤੋ ਚਲੋ ਤੁਹਾਨੂੰ ਮਿਲਾਉਂਦੇ ਹਾਂ ਵੈਦ ਜੀ ਦੇ ਨਾਲ ਅਤੇ ਮੇਰਾ ਨਾਮ ਹੈ ਦੋਸਤੋ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਆਈ ਐਮ ਹੀਰੋ ਅਤੇ ਚਲੋ ਕਰਦੇ ਹਾਂ ਇਸ ਵੀਡੀਓ ਨੂੰ ਸ਼ੁਰੂ ਹਾਂਜੀ ਵੈਦ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਦ ਸਾਹਿਬ ਅੱਜ ਆਪਾਂ ਅੰਮ੍ਰਿਤਸਰ ਆਏ ਹੋਏ ਹਾਂ ਫਤਿਹਗੜ੍ਹ ਚੂੜੀਆਂ ਰੋਡ ਦੇ ਉੱਤੇ ਹੈ ਨਾ ਅਤੇ ਸਾਡੇ ਵੀਰਾਂ ਨੂੰ ਜਿਨ੍ਹਾਂ ਨੂੰ ਜਿਹੜੇ ਸਾਡੇ ਨਵੇਂ ਵੀਰ ਸਾਡੇ ਨਾਲ ਜੁੜੇ ਨੇ ਪਹਿਲੀ ਵਾਰੀ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਆਪਾਂ ਐਡਰੈਸ ਔਰ ਦੁਕਾਨ ਦਾ ਨਾਮ ਇੱਕ ਵਾਰੀ ਦੱਸ ਦਿੰਦੇ ਹਾਂ ਕਿ ਕੀ ਹੈ ਜੀ ਅੰਮ੍ਰਿਤਸਰ ਮੇਨ ਫਤਿਹਗੜ੍ਹ ਚੂੜੀਆਂ ਰੋਡ 'ਤੇ ਦੁਕਾਨ ਹੈ ਹਾਂਜੀ ਸਾਹਮਣੇ ਓਪੋਜ਼ਿਟ ਜਿਹੜੀ ਇਹ ਨਿਰੰਕਾਰੀ ਕਲੋਨੀ ਪੈਂਦੀ ਨਿਰੰਕਾਰੀ ਓਪੋਜ਼ਿਟ ਨਿਰੰਕਾਰੀ ਕਲੋਨੀ ਪੈਂਦੀ ਕਿਰਤੀ ਪੰਸਾਰੀ ਸਾਡੀ ਦੁਕਾਨ ਦਾ ਨਾਮ ਹੈ ਠੀਕ ਹੈ ਜੀ ਅਤੇ ਹਾਂਜੀ ਵੈਦ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਤੁਹਾਡਾ ਇੱਕ ਕੰਮ ਕਿੰਨਾ ਕੁ ਪੁਰਾਣਾ ਹੁਣ ਤੱਕ ਹੋ ਚੁੱਕਿਆ ਹੈ ਹਾਂਜੀ ਵੀਰ ਜੀ ਮੇਰਾ ਕੰਮ 5 ਪੀੜੀਆਂ ਤੋਂ ਹੈ ਪੰਜ ਪੀੜੀਆਂ ਤੋਂ ਕੰਮ ਤੁਹਾਡਾ ਪੁਰਾਣਾ ਹੈ ਠੀਕ ਹੈ ਜੀ ਪੀੜੀਆਂ ਤੋਂ ਕੰਮ ਹੈ 13 ਤੋਂ 14 ਸਾਲ ਮੈਨੂੰ ਵੀ ਪ੍ਰੈਕਟਿਸ ਕਰਦੇ ਹੋ ਗਏ ਠੀਕ ਹੈ ਜੀ 13 ਤੋਂ 14 ਸਾਲ ਹੋ ਗਏ ਮੈਨੂੰ ਤੁਸੀਂ ਪ੍ਰੈਕਟਿਸ ਹੀ ਕਰ ਰਹੇ ਹੋ ਕਹਿਣ ਦਾ ਮਤਲਬ ਤੁਸੀਂ ਜੱਦੀ ਪੁਸ਼ਤੀ ਵੈਦ ਹੋ ਨਾ ਜੱਦੀ ਪੁਸ਼ਤੀ 5 ਪੀੜੀਆਂ ਤੋਂ ਵੈਦ ਹੈ ਸਾਡਾ ਪਾਕਿਸਤਾਨ ਵੀ ਸਾਡਾ ਇਹੀ ਕੰਮ ਸੀਗਾ ਅੱਛਾ ਤੁਸੀਂ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਆਏ ਤੇ ਇਹੀ ਕੰਮ ਸੀਗਾ ਠੀਕ ਹੈ ਜੀ ਹਾਂਜੀ ਤੇ ਵੈਦ ਸਾਹਿਬ ਆਪਾਂ ਚਲੋ ਅੱਜ ਸ਼ੁਰੂ ਕਰਦੇ ਹਾਂ ਜੀ ਆਪਾਂ ਮੈਂ ਜਦੋਂ ਤੁਹਾਡੀ ਦੁਕਾਨ ਦੇ ਅੰਦਰ ਐਂਟਰ ਹੁੰਨੇ ਆ ਆਪਾਂ ਇੱਥੇ ਤਾਂ ਕਾਫੀ ਚੀਜ਼ਾਂ ਪਈਆਂ ਹੋਈਆਂ ਨੇ ਇਹ ਚੀਜ਼ਾਂ ਦੇ ਬਾਰੇ ਕੁਝ ਜਾਣਕਾਰੀ ਦੇ ਸਕਦੇ ਜਿਹੜੇ ਵੀ ਸਾਡੇ ਨਵੇਂ ਸਾਨੂੰ ਦੇਖ ਰਹੇ ਨੇ ਇਸ ਵੇਲੇ ਹਾਂਜੀ ਹਾਂਜੀ ਇਹ ਚੀਜ਼ਾਂ ਇਦਾਂ ਹੈ ਕਿ ਇਹ ਮੈਂ ਇੱਕ ਅੰਮ੍ਰਿਤਸਰ ਦੇ ਵਿੱਚ ਇੱਕ ਸੈਪਰੇਟ ਜਗ੍ਹਾ ਦੇ ਉੱਤੇ ਇਹ ਦੁਕਾਨ ਹੈ ਮੇਨ ਕਹਿ ਲਓ ਕਿ ਸੈਂਟਰ ਦੇ ਵਿੱਚ ਦੁਕਾਨ ਹੈ ਹਾਂਜੀ ਇਹ ਦੁਕਾਨ ਖੋਲਣ ਦਾ ਮਕਸਦ ਇਹੀ ਹੈ ਵੈਸੇ ਅਸੀਂ ਵੈਦਗੀ ਦਾ ਕੰਮ ਕਰਦੇ ਦਵਾਈਆਂ ਬਣਾ ਕੇ ਦਿੰਦੇ ਹਾਂਜੀ ਇਹ ਦੁਕਾਨ ਖੋਲਣ ਦਾ ਮਕਸਦ ਇਹ ਕਿ ਜੋ ਅਸੀਂ ਦਵਾਈਆਂ ਅਸੀਂ ਦਵਾਈ ਦੇ ਵਿੱਚ ਯੂਜ਼ ਕਰਦੇ ਹਾਂ ਜੋ ਜੜੀ ਬੂਟੀਆਂ ਅਸੀਂ ਯੂਜ਼ ਕਰਦੇ ਹਾਂ ਉਹ ਜੜੀ ਬੂਟੀਆਂ ਜਦੋਂ ਕੋਈ ਆਪ ਖਰੀਦਣਾ ਚਾਹੁੰਦਾ ਤੇ ਉਹ ਫਿਰ ਉਹ ਜੜੀ ਬੂਟੀ ਉਹਨੂੰ ਓਰੀਜਨਲ ਮਿਲ ਜਾਂਦੀ ਹੈ ਓਰੀਜਨਲ ਪ੍ਰੋਵਾਈਡ ਕਰ ਦਿੰਦੇ ਹਾਂ ਉਹਨੂੰ ਕੋਈ ਵੀ ਚੀਜ਼ ਜਿਵੇਂ ਅਰਕੀ ਹੈ ਅਰਕ ਓਰੀਜਨਲ ਪ੍ਰੋਵਾਈਡ ਕਰ ਦਿੰਦੇ ਹਾਂ ਸੌਂਫ ਦਾ ਗੁਲਾਬ ਦਾ ਅਜਵੈਣ ਦਾ ਕੋਈ ਵੀ ਅਰਕ ਜਿਵੇਂ ਛੋਟੇ ਛੋਟੇ ਬੱਚਿਆਂ ਨੇ ਅਰਕ ਪੀਣਾ ਹੁੰਦਾ ਫਿਰ ਬੱਚਿਆਂ ਨੇ ਫਿਰ ਕਈ ਆਪਣੇ ਮਾਤਾਵਾਂ ਜਾਂ ਭੈਣ ਭਰਾਵਾਂ ਸਾਰੇ ਬਜ਼ੁਰਗ ਉਹ ਅੱਖਾਂ ਦੇ ਵਿੱਚ ਵੀ ਆਪਣੇ ਅਰਕ ਪਾਉਂਦੇ ਨੇ ਹਾਂਜੀ ਸ਼ਰਬਤ ਅਸੀਂ ਓਰੀਜਨਲ ਤਿਆਰ ਕਰਾਉਂਦੇ ਹਾਂ ਜੇ ਗੁਲਾਬ ਦਾ ਵੀ ਸ਼ਰਬਤ ਕਿਹਾ ਹੈ ਤੇ ਗੁਲਾਬ ਅਸੀਂ ਓਰੀਜਨਲ ਵਿੱਚ ਪਾਉਣੇ ਆ ਜਿਵੇਂ ਕਹਿਣ ਦਾ ਮਤਲਬ ਤੁਸੀਂ ਕੋਈ ਰੰਗ ਕੋਈ ਐਵੇਂ ਦੀ ਨਾ 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 ਅੱਛਾ ਐਵੇਂ ਦੀ ਚੀਜ਼ਾਂ ਨਹੀਂ ਵਰਤਦੇ ਕਲਰ ਕਲਰ ਜੀ ਕਲਰ ਵੀ ਜੇ ਪੈਂਦੇ ਨੇ ਤੇ ਕਲਰ ਵੀ ਉਹਨਾਂ ਵਿੱਚ ਵੀ ਕੁਆਲਿਟੀ ਹੁੰਦੀ ਹੈ ਜੀ ਕਲਰ ਵੀ ਪਹਿਣ ਬਾਕੀ ਅਸੀਂ ਉਹ ਵੀ ਅਸੀਂ ਵੀਡੀਓ ਤਿਆਰ ਕਰਦੇ ਹਾਂ ਸਾਰੀਆਂ ਅਸੀਂ ਨਾਲ ਨਾਲ ਆਪਣੇ ਅਪਲੋਡ ਕਰਦੇ ਰਹਿੰਦੇ ਨੇ ਫੇਸਬੁੱਕ ਤੇ ਠੀਕ ਹੈ ਜੀ ਕੋਈ ਚੀਜ਼ ਅਸੀਂ ਜਿਵੇਂ ਹੁਣ ਆਲੂ ਬੁਖਾਰਾ ਲੀਵਰ ਵਾਸਤੇ ਹੁੰਦਾ ਆਲੂ ਬੁਖਾਰਾ ਬਹੁਤ ਚੱਲਦਾ ਪਿਆ ਜਿਵੇਂ ਆਲੂ ਬੁਖਾਰੇ ਨੁਕਤਾ ਅਸੀਂ ਉਹ ਨੁਕਤੇ ਦਾ ਸ਼ਰਬਤ ਬਣਾਤਾ ਹੈ ਉਹਦਾ ਰਿਜ਼ਲਟ ਉਹਦੇ ਤੋਂ 10 ਗੁਣਾ ਵੱਧ ਜਾਂਦਾ ਠੀਕ ਹੈ ਜੀ ਉਹ ਚੀਜ਼ ਦਾ ਸਾਨੂੰ ਹੋਰ ਕੀ ਕੀ ਫਾਇਦਾ ਹੁੰਦਾ ਹੈ ਜੀ ਉਹ ਚੀਜ਼ ਜਿਵੇਂ ਸੁੱਕਾ ਆਲੂ ਬੁਖਾਰਾ ਹੈ ਉਹ ਇਕੱਲਾ ਨਹੀਂ ਸੁੱਕਾ ਆਲੂ ਬੁਖਾਰਾ ਜਿਵੇਂ ਅਸੀਂ ਬਾਜ਼ਾਰੋਂ ਸੁੱਕਾ ਆਲੂ ਬੁਖਾਰਾ ਇਕੱਲਾ ਲੈ ਕੇ ਉਹਨੂੰ ਭਿਉ ਕੇ ਉਹਦਾ ਪਾਣੀ ਪੀ ਲੈਂਦੇ ਹਾਂ ਠੀਕ ਹੈ ਅਸੀਂ ਆਲੂ ਬੁਖਾਰੇ ਨੂੰ ਪਹਿਲਾਂ ਔਰ ਪ੍ਰੋਸੈਸ ਨਾਲ ਬਣਾਇਆ ਵੀ ਸੁੱਕਾ ਆਲੂ ਬੁਖਾਰਾ ਕੁਦਰਤੀ ਸੁੱਕਾ ਲਿਆ ਨਾ ਕਿ ਕੋਈ ਸਟੋਰ 'ਚ ਲੱਗਾ ਹੋਇਆ ਕੁਦਰਤੀ ਸੁੱਕਾ ਜਿਵੇਂ ਸੌਂਗੀ ਮਨੱਕਾ ਕੁਦਰਤੀ ਸੁੱਕਾ ਹੁੰਦਾ ਉਹ ਆਲੂ ਬੁਖਾਰਾ ਲਿਆ ਬਿਲਕੁਲ ਫਰੈਸ਼ ਲੈ ਕੇ ਫਿਰ ਉਹਨੂੰ ਉਹਨੂੰ ਆਲੂ ਬੁਖਾਰੇ ਨੂੰ 20-25 ਘੰਟੇ ਭਿਉ ਕੇ
ਜਿਹੜਾ ਮਿੱਠੇ ਦੀ ਜਗ੍ਹਾ ਅਸੀਂ ਤਵੇ ਦੀ ਮਿਸ਼ਰੀ ਦਾ ਪ੍ਰਯੋਗ ਕੀਤਾ ਹੋਇਆ। ਅੱਛਾ, ਹਾਂਜੀ, ਆਪਾਂ ਇੱਕ ਵਾਰੀ ਉਹ ਸ਼ਰਬਤ ਦਿਖਾ ਸਕਦੇ ਹਾਂ ਸਾਡੇ ਵੀਰ ਜਿਹੜੇ ਸਾਡੇ ਦੇਖ ਰਹੇ ਨੇ ਐਸੇ ਬਿਲਕੁਲ ਬਿਲਕੁਲ ਦਿਖਾ ਵੀ ਦਿੰਦੇ ਹਾਂ ਕਿ ਸ਼ਰਬਤ ਤੁਹਾਨੂੰ ਦਿਖਦਾ ਵੀ ਕਿਵੇਂ ਦਾ ਹੈ ਨਾ। ਹਾਂਜੀ ਵੀਰ ਜੀ, ਇਹ ਦੇਖੋ ਜਿਵੇਂ ਇਹ ਆਲੂ ਵਾਲਾ ਸ਼ਰਬਤ ਹੈ, ਕੁਆਲਿਟੀ ਦਾ ਪਤਾ ਲੱਗਦਾ, ਇਹ ਕਾਫੀ ਗਾੜਾ ਹੈ ਨਾ ਜੀ। ਹਾਂਜੀ 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 ਹਾਂਜੀ, ਇਹ ਗਾੜਾਪਨ ਇਹਦਾ ਮਟੀਰੀਅਲ ਦਾ ਹੈ, ਵਿਦ ਮਦਰਸ ਵਗੈਰਾ ਸਭ ਕੁਛ ਵਿੱਚ ਮਟੀਰੀਅਲ ਆ ਇਹਦੇ ਵਿੱਚ। ਸੁੱਕਾ ਆਲੂ ਬੁਹਾਰਾ ਹਰ ਚੀਜ਼ ਇਹਦੇ ਵਿੱਚ, ਤਵੇ ਦੀ ਮਿਸ਼ਰੀ, ਇਮਲੀ। ਠੀਕ ਆ ਜੀ। ਅੱਛਾ, ਤੇ ਇਹਦੇ ਵਿੱਚ ਹੁਣ ਪਾਣੀ ਪੈ ਜਾਣਾ। ਪਾਣੀ ਤੁਸੀਂ ਇੱਥੇ ਮੈਂ ਦੇਖ ਰਿਹਾ ਕਿ ਆਰੋ ਲਾਇਆ ਹੋਇਆ ਨਾ, ਬਿਲਕੁਲ ਬਿਲਕੁਲ ਠੰਡਾ ਪਾਣੀ, ਫਰੈਸ਼ ਆਰੋ ਲੱਗਾ। ਠੀਕ ਆ ਜੀ। ਤੇ ਹੁਣ ਤਾਂ ਆਪਾਂ ਇਹ ਗੱਲ ਕਰ ਲਈ ਕਿ ਤੁਹਾਡੇ ਕੋਲ ਇਹ ਸੁੱਕੇ ਬਜੂਰੀ ਦਾ ਕਹਿਤਾ, ਖਸ ਦਾ, ਅਨਾਰ ਤੱਕ ਦਾ ਅਸੀਂ ਸ਼ਰਬਤ ਬਣਾਇਆ ਹੋਇਆ। ਠੀਕ ਹੈ ਜੀ। ਅਨਾਰ ਦਾ ਰਸ, ਜਿਹੜੀ ਵੀ ਕੋਈ ਚੀਜ਼ ਹੈ ਉਹਦਾ ਰਸ ਪਾ ਕੇ ਓਰਿਜਿਨਲ ਸ਼ਰਬਤ ਤਿਆਰ। ਤੁਸੀਂ ਖੁਦ ਘਰੇ ਬਣਾਉਂਦੇ ਹੋ? ਬਿਲਕੁਲ ਬਿਲਕੁਲ, ਅਸੀਂ ਆਪ ਤਿਆਰ ਕਰਦੇ ਹਾਂ। ਹਾਂਜੀ, ਮੁਰੱਬੇ ਵੀ ਸਾਡੇ ਆਪਣੇ ਨੇ। ਹਾਂਜੀ ਹਾਂਜੀ, ਜੋ ਜੋ ਮੁਰੱਬੇ ਅਸੀਂ ਹਰ ਇੱਕ ਚੀਜ਼ ਦੀ ਇੱਕ ਕੁਆਲਿਟੀ ਹੈ, ਹਰ ਚੀਜ਼ ਦੀ। ਜਿਵੇਂ ਬਾਂਸ ਦਾ ਮੁਰੱਬਾ ਬੱਚੇ ਖਾਂਦੇ ਨੇ, ਬੜੇ ਖੁਸ਼ ਹੋ ਗਏ, ਉਹ ਬਾਂਸ ਦਾ ਮੁਰੱਬਾ ਅਸੀਂ ਖੁਦ ਪਾਉਂਦੇ ਹਾਂ। ਠੀਕ ਹੈ ਜੀ, ਬਿਲਕੁਲ ਓਰਿਜਿਨਲ ਬਾਂਸ ਦਾ ਮੁਰੱਬਾ, ਹਾਈਟ ਵਾਸਤੇ ਹੁੰਦਾ ਬੱਚਿਆਂ ਦੀ। ਅਤੇ ਬਾਈ ਜੀ, ਚਲੋ ਆਪਾਂ ਹੁਣ ਗੱਲ ਕਰਦੇ, ਤੁਸੀਂ ਹੁਣ ਬੱਚਿਆਂ ਦੀ ਗੱਲ ਕਰ ਹੀ ਲਈ ਹੈ, ਤਾਂ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਇੱਕ ਪ੍ਰੋਬਲਮ ਚੱਲਦੀ ਕਿ ਬੱਚਿਆਂ ਬਚਪਨ ਤੋਂ ਪਹਿਲਾਂ ਬੁਢਾਪਾ ਆਉਣਾ ਸ਼ੁਰੂ ਹੋ ਜਾਂਦਾ ਬੱਚਿਆਂ ਦੇ ਉੱਪਰ। ਅੱਜ ਕੱਲ੍ਹ ਪ੍ਰੋਬਲਮ ਆ, ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਜਾਂ ਹੋਰ ਬਿਮਾਰੀਆਂ ਲੱਗ ਜਾਂਦੀਆਂ ਨੇ, ਤੇ ਇਹਨਾਂ ਚੀਜ਼ਾਂ ਦਾ ਹੱਲ ਵੀ ਤੁਹਾਡੇ ਕੋਲ ਹੁੰਦਾ ਹੈ? ਬਿਲਕੁਲ ਜੀ। ਦੇਖੋ ਦੇਖੋ ਜੀ, ਹਾਲੇ ਹੀ ਇਹ ਇੱਕ ਤੇ ਅੱਜ ਕੱਲ੍ਹ ਦੀਆਂ ਖੁਰਾਕਾਂ, ਦੂਜੀ ਗੱਲ ਕਿ ਜੋ ਦੇਖੋ ਹੁਣ ਪਰਮਾਤਮਾ ਨੇ ਇੰਨੀਆਂ ਚੀਜ਼ਾਂ ਬਣਾਈਆਂ, ਅਕਸਰ ਵੀ ਇਹਨਾਂ ਦੀ ਕੋਈ ਵੈਲਿਊ ਹੈਗੀ ਤੇ ਇਹ ਚੀਜ਼ਾਂ ਬਣੀਆਂ ਨੇ। ਠੀਕ ਆ, ਅਸੀਂ ਇਹਨਾਂ ਚੀਜ਼ਾਂ ਨੂੰ ਇਗਨੋਰ ਮਾਰਿਆ। ਹੁਣ ਅਸੀਂ ਬਜ਼ੁਰਗਾਂ ਵੱਲ ਦੇਖਦੇ ਹਾਂ ਕਿ ਕਈ ਬਜ਼ੁਰਗ ਵੀ ਇੱਦਾਂ ਦੇ ਆਉਂਦੇ ਆ ਜੋ ਅੱਜ ਵੀ ਸਾਨੂੰ ਆਣ ਕੇ ਪੁੱਛਦੇ ਪਏ ਨੇ ਕਿ ਅਸ਼ਵਗੰਧਾ ਪਾਊਡਰ ਕਾਹਦੇ ਵਾਸਤੇ ਹੁੰਦਾ ਹੈ, ਆਮਲਾ ਕਾਹਦੇ ਵਾਸਤੇ ਹੁੰਦਾ ਹੈ, ਲੋਕਾਂ ਨੂੰ ਪਤਾ ਨਹੀਂ ਹੈ, ਬਿਲਕੁਲ ਤ੍ਰਿਫਲਾ ਕਾਹਦੇ ਵਾਸਤੇ ਹੁੰਦਾ ਹੈ। ਠੀਕ ਆ, ਬਾਕੀ ਜੋ ਸਾਡੇ ਵੈਦ ਘੀਮ ਨੇ, ਜਿਵੇਂ ਬਾਬਾ ਰਾਮਦੇਵ ਜੀ ਵੀ ਹੋ ਗਏ, ਜਿਵੇਂ ਹਰ ਕਿਤੇ ਉਹਨਾਂ ਨੇ ਥੋੜਾ ਜਿਹਾ ਪ੍ਰਮੋਟ ਕੀਤਾ ਆਯੁਰਵੈਦਿਕ ਨੂੰ, ਤੇ ਥੋੜਾ ਅੱਗੇ ਆਇਆ। ਬਾਕੀ ਆਯੁਰਵੈਦਿਕ ਦੇ ਵਿੱਚ ਵਾਪਸ ਆਉਣੀ ਬੜੀ ਵਧੀਆ ਗੱਲ ਹੈ, ਆਯੁਰਵੈਦਿਕ 'ਚ ਲੋਕ ਵਾਪਸ ਆ ਰਹੇ ਨੇ, ਪਰ ਆਯੁਰਵੈਦਿਕ 'ਚ ਵਾਪਸ ਆਣ ਕੇ ਹਰ ਇੱਕ ਬੰਦਾ ਵੈਦ ਹਕੀਮ ਖੁਦ ਬਣਦਾ ਪਿਆ। ਉਹ ਚੀਜ਼ ਨੁਕਤੇ ਲੱਭਦੇ, ਬਿਲਕੁਲ ਉਹ ਚੀਜ਼ ਸਾਡੇ ਵਾਸਤੇ ਖਤਰੇ ਦਾ ਵੀ ਕੰਮ ਬਣ ਸਕਦਾ। ਠੀਕ ਆ, ਹੁਣ ਜੇ ਸਪੋਜ਼ ਮੰਨ ਲਓ ਕਿਸੇ ਨੂੰ ਸ਼ੂਗਰ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਹੁਣ ਸ਼ੂਗਰ ਦੀ ਪ੍ਰੋਬਲਮ ਹੈ ਤੇ ਸ਼ੂਗਰ ਜਦੋਂ ਬੰਦੇ ਨੂੰ ਹੋਈ ਹੈ, ਉਹ ਵੀਕਨੈਸ ਦੇ ਨਾਲ ਹੋਈ ਹੈ, ਨਾ ਕਿ ਮਿੱਠਾ ਖਾਣ ਨਾਲ ਹੋਈ। ਅੱਛਾ, ਉਹ ਵੀਕਨੈਸ ਨਾਲ ਜਦੋਂ ਸਾਡੇ ਅੰਦਰ ਪੈਨਕ੍ਰਿਆ ਜਿਹੜੀ ਹੈ ਬੰਦੇ ਦੀ ਕੰਮ ਨਹੀਂ ਕਰੇਗੀ, ਇਨਸੁਲਿਨ ਪ੍ਰੋਵਾਈਡ ਨਹੀਂ ਹੋਏਗੀ, ਇਨਸੁਲਿਨ ਪ੍ਰੋਵਾਈਡ ਨਹੀਂ ਹੋਏਗੀ, ਬੰਦੇ ਨੂੰ ਮਿੱਠਾ ਡਾਈਜੈਸ਼ਨ ਨਹੀਂ ਹੋਏਗਾ। ਮੇਰਾ ਕਹਿਣ ਦਾ ਮਤਲਬ ਹੈ ਕਿ ਸ਼ੂਗਰ ਮਿੱਠੇ ਖਾਣ ਦੇ ਨਾਲ, ਮਿੱਠਾ ਖਾਣ ਦੇ ਨਾਲ ਨਹੀਂ ਹੁੰਦੀ, ਬਿਲਕੁਲ ਸ਼ੂਗਰ ਹੁੰਦੀ ਸਾਨੂੰ ਕਮਜ਼ੋਰੀ ਨਾਲ। ਠੀਕ ਹੈ, ਹੁਣ ਜਦੋਂ ਜਿਹੜੀ ਕਮਜ਼ੋਰੀ ਹੈ, ਕਮਜ਼ੋਰੀ ਦਾ ਨਾਮ ਖੁਸ਼ਕੀ ਵੀ ਹੈ ਕਿ ਸਾਡੇ ਅੰਦਰ ਖੁਸ਼ਕੀ ਪੈ ਚੁੱਕੀ ਸਾਡੇ ਅੰਦਰ। ਠੀਕ ਹੈ, ਹੁਣ ਜਦੋਂ ਖੁਸ਼ਕੀ ਪਏਗੀ, ਕਮਜ਼ੋਰੀ ਪਏਗੀ, ਤੇ ਜੇ ਅਸੀਂ ਜੇ ਕੋਈ ਸਾਡੇ ਕੋਲ ਆਉਂਦਾ ਕਿ ਸਾਨੂੰ ਸ਼ੂਗਰ ਹੈ, ਉਹਨੂੰ ਅਸੀਂ ਆਮਲਾ, ਜਾਮੁਨ, ਕਰੇਲਾ, ਨਿੰਮ, ਗੁੜ, ਮਰ, ਇਹੀ ਚੀਜ਼ਾਂ ਸਾਰੇ ਦੇ ਦਿੰਦੇ ਨੇ। ਠੀਕ ਹੈ, ਜਾਂ ਕੋਈ ਬਜ਼ੁਰਗ ਵੀ ਨੇ, ਕਿਸੇ ਨੂੰ ਪਤਾ, ਉਹ ਕਹਿੰਦਾ ਕਿ ਤੈਨੂੰ ਸ਼ੂਗਰ ਹੈ, ਤੂੰ ਆਹ ਚੀਜ਼ ਖਾਣੀ ਸ਼ੁਰੂ ਕਰ ਦੇ, ਤੂੰ ਜਾਮੁਨ ਖਾ ਲਾ, ਤੂੰ ਕਰੇਲਾ ਖਾ ਲਾ। ਹਰ ਘਰ ਵੈਦ ਬਣੇ ਹੋਏ ਨੇ, ਬਿਲਕੁਲ ਹਰ ਚੀਜ਼, ਹਰ ਘਰ ਵੈਦ, ਬਹੁਤ ਚੀਜ਼ ਖਤਰੇ ਵਾਲੀ, ਚਿਕਿਤਸਾ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਆਯੁਰਵੈਦਿਕ ਵੀ, ਜੇ ਆਯੁਰਵੈਦਿਕ 'ਚ ਵਾਪਸ ਆਉਣਾ, ਉਹ ਕਿਸੇ ਦੇਖ ਰੇਖ ਦੇ ਵਿੱਚ ਵਾਪਸ ਆਓ, ਕਿਸੇ ਦੀ ਚਿਕਿਤਸਾ ਦੇ ਅਨੁਸਾਰ, ਕਿਉਂਕਿ ਹਰ ਚੀਜ਼ ਇੱਕ ਵਿਉਂਤਬੰਦੀ ਦੇ ਨਾਲ ਬਿਲਕੁਲ ਚਾਹੀਦੀ ਹੈ ਨਾ। ਤੇ ਇਹਦੇ ਨਾਲ ਹੀ ਮੇਰੇ ਦਿਮਾਗ 'ਚ ਇੱਕ ਗੱਲ ਆਈ ਸੀਗੀ ਕਿ ਤੁਸੀਂ ਗੱਲ ਕਰ ਰਹੇ ਕਿ ਕਮਜ਼ੋਰੀ, ਕਮਜ਼ੋਰੀ ਦਾ ਇੱਕ ਕਾਰਨ ਹੁੰਦਾ ਤੁਹਾਡਾ ਲੀਵਰ ਵੀ ਕਮਜ਼ੋਰ ਹੁੰਦਾ ਕਈ ਸਾਡੇ ਵੀਰਾਂ ਦਾ, ਕਈ ਭੈਣਾਂ ਦਾ, ਹਨਾ? ਬਿਲਕੁਲ। ਤੇ ਉਹਦਾ ਇਲਾਜ ਜਾਂ ਉਹਦਾ ਕਾਰਨ ਕੀ ਹੁੰਦਾ? ਦੇਖੋ ਜੀ, ਲੀਵਰ ਕਮਜ਼ੋਰ, ਲੀਵਰ ਸਾਡੀ ਇੱਕ ਮਸ਼ੀਨ, ਦਿਲ, ਦਿਮਾਗ, ਗੁਰਦੇ, ਲੀਵਰ, ਇਹ ਸਭ ਮਸ਼ੀਨਾਂ ਨੇ ਸਾਡੀਆਂ। ਠੀਕ ਹੈ, ਮਸ਼ੀਨਾਂ, ਹੁਣ ਮੰਨ ਲਓ ਕੋਈ ਘਰੇ ਮਸ਼ੀਨਾਂ ਲੱਗੀਆਂ, ਸਾਡੇ ਫਰਿੱਜ ਲੱਗੀ, ਕੂਲਰ ਲੱਗਾ, ਏਸੀ ਲੱਗਾ, ਮਸ਼ੀਨਾਂ ਨੂੰ ਚਲਾਉਂਦੀ ਇੱਕ ਪਾਵਰ ਹੈ। ਪਾਵਰ ਜਦੋਂ ਸਾਡੇ ਅੰਦਰ ਨਹੀਂ ਹੈਗੀ, ਹੁਣ ਜੇ ਗੱਲ ਕਰੀਏ ਪਾਵਰ ਦੀ, ਤੇ ਪਾਵਰ ਜੇ ਅਸੀਂ ਕਿਸੇ ਨੂੰ ਕਹਿ ਦਈਏ ਕਿ ਤੁਸੀਂ ਪਾਵਰ ਯੂਜ ਕਰਨੀ ਸ਼ੁਰੂ ਕਰੋ ਜੀ, ਪਾਵਰ ਵਾਲੇ ਚੀਜ਼ਾਂ ਖਾਓ, ਹੁਣ ਜੇ ਮੰਨ ਲਓ ਅਸੀਂ ਕਹੀਏ ਕਿ ਹਰੀ ਸਬਜ਼ੀ ਖਾਓ, ਜੇ ਇੱਕ ਕਿਲੋ ਬੰਦਾ ਹਰੀ ਸਬਜ਼ੀ ਖਾ ਲਵੇ ਨਾ, ਇੱਕ ਕਿਲੋ, ਤੇ ਇੱਕ ਕਿਲੋ ਦੇ ਵਿੱਚ ਮਾਈਨਰ ਜਾਂ ਉਹਦੇ ਅੰਦਰ ਆਇਰਨ ਚਲ ਜੂਗਾ, ਜ਼ਿੰਕ ਚਲ ਜੂਗਾ, ਤੇ ਜੇ ਇੱਕ ਕਿਲੋ ਸਬਜ਼ੀ ਖਾ ਲਏ ਤੇ ਉਹਦੇ ਨਾਲ ਕਿੰਨਾ ਨਮਕ ਉਹਦੇ ਅੰਦਰ ਚਲ ਜਾਏਗਾ, ਕਿੰਨੇ ਮਸਾਲੇ, ਕਿ ਉਹ ਅੰਦਰ ਚਲ ਜਾਏਗਾ, ਉਹਨੂੰ ਐਕਸਟ੍ਰੈਕਟ ਦੀ ਲੋੜ ਹੈ। ਜਿਵੇਂ ਦੁੱਧ, ਜੇ ਅਸੀਂ ਕਹੀਏ ਕਿ ਪਾਵਰ ਦੀ ਲੋੜ ਹੈ, ਤੂੰ ਬੰਦਾ ਦੁੱਧ ਲੈ ਕੇ 2 ਕਿਲੋ ਕਾੜ ਕੇ ਤੇ ਪੀ ਜਾਵੇ, ਤੇ ਉਹਦਾ ਲੀਵਰ ਫੈਟੀ ਹੋਣਾ ਸ਼ੁਰੂ ਹੋ ਜਾਏਗਾ। ਜੇ ਉਹ ਕਵੇ ਕਿ ਮੈਂ ਕਿਲੋ ਫਿਸ਼ ਲੈ ਕੇ ਖਾ ਜਾਵਾਂ, ਉਹ 'ਚ ਮੈਗਾ 3 ਹੁੰਦਾ, ਗਲੂਕੋਜ਼ਾਮਾਈਨ ਹੁੰਦਾ, ਤੇ ਉਹਦਾ ਹੱਲ ਕੀ ਕਹਿ ਸਕਦੇ ਆ? ਬਿਲਕੁਲ, ਸਾਨੂੰ ਐਕਸਟ੍ਰੈਕਟ ਦੀ ਲੋੜ ਆ, ਐਕਸਟ੍ਰੈਕਟ ਦੀ ਲੋੜ, ਐਕਸਟ੍ਰੈਕਟ ਨੂੰ ਜਾਣੋ। ਤੇ ਜੇ ਮੰਨ ਲਓ ਤੁਹਾਡੇ ਕੋਲ ਕੋਈ ਵੀਰ ਸਾਡਾ, ਕੋਈ ਭੈਣ ਫੋਨ ਕਰਦੇ ਨੇ ਕਿ ਮੇਰੇ ਲੀਵਰ ਦੀ ਮੈਨੂੰ ਪ੍ਰੋਬਲਮ ਹੈ, ਤੁਹਾਡੇ ਕੋਲ ਉਹ ਇਲਾਜ ਚਾਹੁੰਦੇ ਨੇ,
ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਇਲਾਜ ਕਿਵੇਂ ਦਿੰਦੇ ਹੋ? ਦੇਖੋ ਜੀ, ਮੈਂ ਹਰ ਕਿਸੇ ਬੰਦੇ ਦਾ ਜੇ ਕੋਈ ਮੈਨੂੰ ਫੋਨ ਕਰੇ ਜਾਂ ਕੋਈ ਮੇਰੇ ਕੋਲ ਆਵੇ ਦੁਕਾਨ ਤੇ ਵਿਜ਼ਿਟ ਕਰੇ, ਕੋਈ ਵੀ ਮੈਨੂੰ ਪ੍ਰੋਬਲਮ ਦੱਸੇ ਆਪਣੀ, ਉਹ ਬੰਦੇ ਦਾ ਇੱਕ ਅਲੱਗ ਨੁਕਤਾ ਤਿਆਰ ਹੋਏਗਾ। ਉਸ ਬੰਦੇ ਦਾ ਅਲੱਗ ਨੁਕਤਾ ਤਿਆਰ ਹੋਣਾ, ਨਾ ਕਿ ਇਸ ਤਰ੍ਹਾਂ ਕਿ ਹਰ ਬੰਦੇ ਨੂੰ ਮੈਂ ਨੁਕਤਾ ਲਿਖ ਕੇ ਰੱਖਿਆ ਕਿ ਹਰ ਬੰਦੇ ਨੂੰ ਮੈਂ ਇੱਕੋ ਨੁਕਤਾ ਬਣਾ। ਠੀਕ ਹੈ, ਇੱਕੋ ਚੀਜ਼ ਨਹੀਂ ਚੇਪ, ਬਿਲਕੁਲ ਨਹੀਂ। ਦੇਖੋ ਭਾਜੀ, ਜੇ 10 ਬੰਦੇ ਖੜੇ ਆ ਨਾ, 10 ਬੰਦੇ ਖੜੇ, 10 ਨੂੰ ਜੇ ਮੰਨ ਲਓ 10 ਨੂੰ ਸ਼ੂਗਰ ਆ, 10 ਨੂੰ ਸ਼ੂਗਰ ਆ, ਜੇ ਮੈਂ ਉਹਨਾਂ ਨੂੰ ਪੁੱਛਣਾ ਸ਼ੁਰੂ ਕਰ ਦੇਵਾਂ ਕਿ ਹਾਂਜੀ ਵੀ ਤੁਹਾਨੂੰ ਸ਼ੂਗਰ ਦੇ ਨਾਲ ਨਾਲ ਦੱਸੋ ਵੀ ਆਪਣੀ ਪ੍ਰੋਬਲਮ ਤੇ ਹਰ ਇੱਕ ਚੀਜ਼ ਦੱਸੋ, ਤੇ ਉਹਨੂੰ ਪੁੱਛਣਾ ਮੈਂ ਤੁਹਾਡਾ ਭਾਜੀ ਵੇਟ ਕਿੰਨਾ, ਤੁਹਾਡੀ ਏਜ਼ ਕਿੰਨੀ ਹੈ, ਹਰ ਚੀਜ਼ ਦੇ ਵਿੱਚ ਫਰਕ ਹੋਏਗਾ। ਤੇ ਚੀਜ਼ਾਂ ਭਾਜੀ ਸਮਾਂ ਕਿੰਨੀ ਕੁ ਲੈਂਦੀ ਨੇ? ਬਾਅਦ ਜਦੋਂ ਆਪਾਂ ਕਹਿ ਦਈਏ ਕਿ ਇੱਕ ਵੀਰ ਤੁਹਾਡੇ ਕੋਲ ਭੈਣ ਆਈ ਹੈ, ਤਾਂ ਉਹਦਾ ਸਮਾਂ ਕਿੰਨਾ ਕੁ ਲੱਗ ਜਾਂਦਾ ਇਹੋ ਜਿਹੀਆਂ ਚੀਜ਼ਾਂ ਤੋਂ ਰਿਕਵਰ ਹੋਣ ਦੇ ਲਈ? ਦੇਖੋ ਜੀ, 3 ਤੋਂ 4 ਮਹੀਨੇ ਦਾ ਸਮਾਂ ਲੱਗਦਾ ਕੋਈ ਵੀ ਪੂਰਾ ਕਰਨਾ। ਬਿਲਕੁਲ, ਕੋਈ ਵੀ ਸਾਨੂੰ ਬਿਮਾਰੀ ਹੁੰਦੀ ਹੈ ਨਾ, ਕੋਈ ਵੀ ਬਿਮਾਰੀ ਹੁੰਦੀ ਹੈ, ਬਿਮਾਰੀ ਬਣਨ ਤੇ ਵੀ ਪਹਿਲਾਂ 8-10 ਸਾਲ ਲੱਗ ਜਾਂਦੇ ਨੇ। ਠੀਕ ਹੈ, ਬਿਮਾਰੀ ਵੀ ਇੱਦਾਂ ਨਹੀਂ ਬਣ ਜਾਂਦੀ, ਬਿਮਾਰੀ ਬਣਨ ਤੇ ਵੀ ਕਾਫੀ ਟਾਈਮ ਲੱਗਦਾ। ਜੇ ਸਾਨੂੰ ਅੱਜ ਪੱਥਰੀ ਦੀ ਜੇ ਸਾਨੂੰ ਦਰਦ ਹੋਈ ਹੈ, ਅੱਜ ਕੱਲ ਪਰਸੋਂ ਅਸੀਂ ਡਾਕਟਰ ਕੋਲ ਜਾਂਦੇ ਹੋ, ਕਹਿੰਦਾ ਤੈਨੂੰ 30 mm ਦੀ 35 mm ਦੀ ਪੱਥਰੀ ਹੈ, ਪੱਥਰੀ ਕੋਈ ਇੱਦਾਂ ਨਹੀਂ ਬਣ ਗਈ, ਪੱਥਰੀ ਬੜਾ ਟਾਈਮ ਲੱਗ ਗਿਆ ਪੱਥਰੀ ਬਣਨ ਤੇ। ਹਾਂਜੀ, ਆਪਾਂ ਜਿਵੇਂ ਗੱਲ ਕਰ ਰਹੇ ਹਾਂ ਬਾਈ ਜੀ, ਕਿ ਤੁਹਾਡੇ ਨਾ ਇੱਥੇ ਪਿੱਛੇ ਵੀ ਦਵਾਈਆਂ ਇਸ ਟਾਈਮ ਕਾਫੀ ਪਈਆਂ ਹੋਈਆਂ ਨੇ, ਤੇ ਵੀਰ ਜੀ ਦਵਾਈਆਂ ਬਣਾ ਵੀ ਰਹੇ ਨੇ, ਮੈਂ ਦੇਖ ਰਿਹਾ। ਹਾਂਜੀ ਹਾਂਜੀ ਹਾਂਜੀ, ਇਹ ਕਿਸ ਚੀਜ਼ ਦੀ ਇਸ ਵੇਲੇ ਦਵਾਈ ਇੱਥੇ ਬਣ ਰਹੀ ਸੀਗੀ? ਇਹ ਜੀ, ਇਹ ਇੱਦਾਂ ਹੀ ਸਾਡੇ ਨੁਕਤੇ ਤਿਆਰ ਹੁੰਦੇ ਨੇ। ਹਾਂਜੀ, ਇਹ ਸਾਡੀ ਇਹ ਦਵਾਈ ਬਣਦੀ ਵੀ ਇਹ ਜੇ ਬੰਦੇ ਦੇ ਹਿਸਾਬ ਨਾਲ ਦਵਾਈ ਬਣੀ ਹੈ, ਨੁਕਤੇ ਬੰਦੇ ਦੇ ਹਿਸਾਬ ਨਾਲ ਨੁਕਤਾ ਬਣਿਆ ਹੈ, ਨੁਕਤੇ ਦੇ ਹਿਸਾਬ ਨਾਲ ਦਵਾਈ ਨਹੀਂ ਬਣੀ, ਬੰਦੇ ਦੇ ਹਿਸਾਬ ਨਾਲ ਨੁਕਤਾ ਬਣਿਆ। ਠੀਕ ਹੈ ਜੀ, ਇਹ ਬੰਦਾ ਕਿਸ ਉਮਰ ਦਾ ਸਾਡੇ ਕੋਲ ਆਇਆ, ਇਹਨੂੰ ਕੀ ਪ੍ਰੋਬਲਮ ਨੇ, ਉਹਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਬਿਲਕੁਲ ਫਰੈਸ਼ ਆਯੁਰਵੈਦਿਕ ਐਕਸਟ੍ਰੈਕਟ ਦੇ ਨਾਲ ਚੀਜ਼ਾਂ ਸਾਰੀਆਂ ਰੈਡੀ ਹੋਈਆਂ। ਠੀਕ ਹੈ ਜੀ। ਹਾਂਜੀ, ਤੇ ਬਾਈ ਜੀ, ਜਿਹੜੀ ਇਹ ਦਵਾਈ ਆ, ਇਹ ਕਿੰਨੇ ਕੁ ਟਾਈਮ ਦਾ ਕੋਰਸ ਹੋਊਗਾ ਜਿਹੜੇ ਬਾਈ ਜੀ ਹੁਣ ਤੁਸੀਂ ਦਵਾਈ ਬਣਾ ਰਹੇ ਹੋ ਇਸ ਵੇਲੇ? ਹਾਂਜੀ ਹਾਂਜੀ, ਇਹ ਦੇਖੋ ਇੱਕ ਖੁਰਾਕ ਹੈ। ਠੀਕ ਹੈ, ਨਾ ਕਿ ਇਹ ਇੱਕ ਦਵਾਈ, ਦਵਾਈ ਨਹੀਂ, ਇੱਕ ਖੁਰਾਕ ਹੈ। ਠੀਕ ਹੈ, ਇਹ ਖੁਰਾਕ ਇੱਦਾਂ ਦੀ ਹੁੰਦੀ ਕਿ ਜਿਵੇਂ ਅਸੀਂ ਸਪੋਜ਼ ਜੂਸ ਪੀਂਦੇ ਹਾਂ, ਕੋਈ ਚੀਜ਼ ਜੂਸ ਪੀਂਦੇ ਹਾਂ, ਉਹ ਸਾਨੂੰ ਜੇ ਅਸੀਂ ਕਹੀਏ ਕਿ ਸਾਨੂੰ ਹਮੇਸ਼ਾ ਲਈ ਮਿਲੇ ਤੇ ਉਹ ਹਮੇਸ਼ਾ ਲਈ ਪੀਏ ਤੇ ਵਧੀਆ ਰਹੇਗਾ ਸਾਡੇ ਵਾਸਤੇ, ਉਸੇ ਤਰ੍ਹਾਂ ਅਸੀਂ ਇਹਨੂੰ ਹਮੇਸ਼ਾ ਵੀ ਖਾ ਸਕਦੇ ਹਾਂ। ਠੀਕ ਹੈ, ਪਰ ਡਿਪੈਂਡ ਔਨ ਮਨੀ, ਡਿਪੈਂਡ ਔਨ ਪ੍ਰੋਫਿਟ। ਠੀਕ ਹੈ ਜੀ, ਬਿਲਕੁਲ। ਤੇ ਬਾਈ ਜੀ, ਇੱਕ ਗੱਲ ਹੋਰ ਕਰਦੇ ਹਾਂ ਕਿ ਬੀਪੀ ਦੀ ਪ੍ਰੋਬਲਮ ਕਾਫੀ ਸਾਡੇ ਵੀਰਾਂ ਨੂੰ ਅੱਜ ਕੱਲ੍ਹ ਛੋਟੀ ਉਮਰ ਤੋਂ ਸ਼ੁਰੂ ਹੋ ਜਾਂਦੀ, ਬਲੱਡ ਪ੍ਰੈਸ਼ਰ ਦੀ, ਕੋਲੈਸਟਰੋਲ ਦੀ ਸ਼ੁਰੂ ਹੋ ਜਾਂਦੀ ਆ, ਤੇ ਉਸ ਚੀਜ਼ ਦਾ ਹੱਲ ਤੁਹਾਡੇ ਕੋਲ ਕੀ ਹੈ? ਹਾਂਜੀ, ਦੇਖੋ ਬੀਪੀ ਇੱਕ ਸਾਡੇ ਅੰਦਰ ਜੇ ਬਲੋਕਜ ਹੈਗੀ ਹੈ, ਜੇ ਸਾਡੇ ਅੰਦਰ ਗਰਮੀ ਹੈਗੀ ਹੈ, ਬੀਪੀ ਵਧੇਗਾ। ਠੀਕ ਹੈ, ਬਾਕੀ ਜਦੋਂ ਸਾਡੇ ਅੰਦਰ ਧੰਤਾਂ ਦੀ ਕਮੀ ਹੋ ਜਾਂਦੀ ਹੈ, ਸਾਡਾ ਸਰੀਰ ਧੰਤਾਂ ਨਾਲ ਬਣਿਆ, ਸਾਡੇ ਸਰੀਰ ਦੇ ਅੰਦਰ ਧੰਤਾਂ ਦੀ ਕਮੀ ਹੋ ਜਾਂਦੀ ਹੈ, ਮੋਤੀ, ਚਾਂਦੀ, ਅਬਰਕ, ਲੋਹਾ, ਹਰ ਇੱਕ ਚੀਜ਼ ਦੀ ਸਾਡੇ ਅੰਦਰ ਵੈਲਿਊ ਆ, ਉਹ ਚੀਜ਼ ਦੀ ਜਦੋਂ ਸਾਡੇ ਅੰਦਰ ਕਮੀ ਹੋ ਗਈ ਤੇ ਫਿਰ ਹਰ ਇੱਕ ਪ੍ਰੋਬਲਮ ਹੋਏਗੀ, ਇੱਕ ਪ੍ਰੋਬਲਮ ਨਹੀਂ, ਹਰ ਇੱਕ ਪ੍ਰੋਬਲਮ ਹੋਏਗੀ। ਠੀਕ ਹੈ, ਜੇ ਸਾਡੇ ਕੋਲ ਆਉਂਦਾ ਉਦੋਂ ਫਾਇਦਾ ਜਦੋਂ ਅਸੀਂ ਠੀਕ ਹਾਂ, ਜਦੋਂ ਕੋਈ ਜਿੰਨੀਆਂ ਜੜੀ ਬੂਟੀਆਂ ਵੀ ਦੁਨੀਆ ਤੇ ਬਣੀਆਂ ਨੇ, ਇਹਨਾਂ ਦਾ ਖਾਣ ਦਾ ਫਾਇਦਾ ਤਾਂ ਹੈ ਜੇ ਅਸੀਂ ਪਹਿਲੋਂ ਖਾਈਏ ਤੇ, ਜਦੋਂ ਸਾਨੂੰ ਕੋਈ ਬਿਮਾਰੀ ਹੋ ਗਈ ਫਿਰ ਖਾਣ ਦਾ ਬਹੁਤ ਲੰਬਾ ਸਮਾਂ ਲੱਗਦਾ। ਮੰਨ ਲਓ ਜੇ ਕਿਸੇ ਵੀਰ ਨੂੰ ਇਹੋ ਜਿਹੀ ਬਿਮਾਰੀ ਲੱਗ ਵੀ ਜਾਂਦੀ ਹੈ, ਤਾਂ ਤੁਹਾਡੇ ਕੋਲ ਉਹਦਾ ਕੋਰਸ ਕਿੰਨੇ ਕੁ ਲੰਬੇ ਸਮੇਂ ਦਾ ਹੋਊਗਾ? ਭਾਜੀ ਦੇਖੋ, 3-4 ਮਹੀਨੇ ਤੋਂ ਵੱਧ ਕੋਈ ਵੀ ਕੋਰਸ ਨਹੀਂ ਗਾ। 3-4 ਮਹੀਨੇ 'ਚ ਗੋਡੇ ਤੱਕਣ ਬਿਲਕੁਲ ਗਰੀਸ ਤੱਕਣ ਗੋਡਿਆਂ ਦੀ ਸੈੱਟ ਹੋ ਜਾਂਦੀ ਹੈ, ਜੇ ਕਿਸੇ ਨੂੰ ਓਪਰੇਸ਼ਨ ਕਰਾਉਣ ਦੀ ਲੋੜ, ਸ਼ੂਗਰ ਹਮੇਸ਼ਾ ਲਈ ਕੰਟਰੋਲ ਹੋ ਜਾਂਦੀ ਹੈ, ਹਮੇਸ਼ਾ ਲਈ। ਬਿਲਕੁਲ, ਅਸੀਂ ਸ਼ੂਗਰ ਦੀ ਦਵਾਈ ਹਮੇਸ਼ਾ 400 ਤਰ੍ਹਾਂ ਦੀ ਆਈਟਮਾਂ ਨੇ, ਕੌੜੀਆਂ ਖੁਸ਼ਕ ਨੇ ਸਾਰੀਆਂ, ਆਪਾਂ ਇੱਕ ਵੀ ਆਈਟਮ ਨਹੀਂ ਸ਼ੂਗਰ ਦੇ ਵਿੱਚ ਪਾਉਣੀ, ਆਪਾਂ ਉਹਨੂੰ ਤਾਕਤ ਦੇ ਨਾਲ ਠੀਕ ਕਰਨਾ। ਠੀਕ ਹੈ, ਤੇ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਕਿੰਨੇ ਕੁ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਠੀਕ ਕਰ ਸਕਦੇ? ਕੋਈ ਸ਼ਰਤੀ ਆ? ਹਾਂਜੀ ਸਰ, ਉਹ ਵੀ 2-3 ਮਹੀਨੇ ਦੇ ਵਿੱਚ ਬਿਲਕੁਲ ਠੀਕ ਹੋ ਜਾਂਦਾ, 2-3 ਮਹੀਨਿਆਂ ਵਿੱਚ ਬਿਲਕੁਲ ਠੀਕ ਹੋ ਜਾਂਦਾ, ਬਿਲਕੁਲ ਲਾਈਫ ਟਾਈਮ ਦੇ ਲਈ। ਬਿਲਕੁਲ, 15-20 ਦਿਨਾਂ ਬਾਅਦ, ਮਹੀਨੇ ਬਾਅਦ ਉਹਨੂੰ ਬੰਦੇ ਨੂੰ ਬਹੁਤ ਵਧੀਆ ਲੱਗੇਗਾ, ਬਹੁਤ ਵਧੀਆ ਫੀਲ ਹੋਏਗਾ, ਕੋਈ ਗੋਲੀ ਵਗੈਰਾ ਵੀ ਛੁੱਟ ਜਾਏਗੀ ਉਹਦੀ। ਠੀਕ ਹੈ ਜੀ। ਹਾਂਜੀ, ਤੇ ਵੀਰ ਜੀ, ਆਪਾਂ ਹੋਰ ਗੱਲ ਕਰਦੇ ਹਾਂ ਕਿ ਇੱਥੇ ਹੁਣ ਤੁਸੀਂ ਤਾਂ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਹੋ, ਹੈ ਨਾ? ਹਾਂਜੀ। ਤੇ ਕਈ ਸਾਡੇ ਵੀਰ ਇਸ ਵੇਲੇ ਸਾਨੂੰ ਮਲੋੜ ਤੋਂ ਦੇਖ ਰਿਹਾ, ਕੋਈ ਵੀਰ ਸਾਨੂੰ ਗੁਰੂਸਰ ਤੋਂ ਦੇਖ ਰਿਹਾ, ਕੋਈ ਹੁਸ਼ਿਆਰਪੁਰ ਤੋਂ ਦੇਖ ਰਿਹਾ, ਤੇ ਆਪਾਂ ਇੱਥੋਂ ਜੇ ਨੁਕਤੇ ਆਪਣੇ ਕਿਸੇ ਨੂੰ ਭੇਜਣੇ ਹੋਣ ਤਾਂ ਭੇਜ ਵੀ ਸਕਦੇ? ਦੇਖੋ, ਕੋਈ ਆਪਣਾ ਚੰਗੀ ਤਰ੍ਹਾਂ ਸਾਡੇ ਨਾਲ ਗੱਲ ਕਰੇ, ਜੇ ਅਸੀਂ ਜਦੋਂ ਅਸੀਂ ਦਵਾਈ ਬਣਾਉਂਦੇ ਹਾਂ, ਜਦੋਂ ਅਸੀਂ ਫ੍ਰੀ ਹੁੰਦੇ ਹਾਂ, ਅਸੀਂ ਗੱਲ ਵੀ ਕਰਦੇ ਹਾਂ, ਗੱਲ ਕਰੇ, ਕੋਈ ਜੇ ਕੋਈ ਨਹੀਂ ਆ ਸਕਦਾ ਆਪਣੀ ਮਜਬੂਰੀ ਦੱਸੇ, ਅਸੀਂ ਉਹਨੂੰ ਘਰੇ ਵੀ ਦਵਾਈ ਭੇਜ ਸਕਦੇ, ਦਵਾਈ ਅਸੀਂ ਬਣਾ ਕੇ ਉਹਨੂੰ ਉਹਦੇ ਘਰ ਭੇਜ ਦੇਵਾਂਗੇ, ਇਹਦੇ ਵਿੱਚ ਕੋਈ ਠੀਕ ਹੈ ਜੀ ਵੱਡੀ ਗੱਲ ਨਹੀਂ। ਠੀਕ ਹੈ ਜੀ। ਤੇ ਵੀਰ ਜੀ, ਆਪਾਂ ਦੇਖਦੇ ਹਾਂ ਜਿਵੇਂ ਹੁਣ ਆਪਾਂ ਇਹ ਵੀਡੀਓ ਫੇਸਬੁੱਕ ਤੇ ਅਪਲੋਡ ਕਰਨੀ ਹੈ, ਤੇ ਫੇਸਬੁੱਕ ਦੇ ਉੱਪਰ ਕਈ ਅੱਜ ਕੱਲ੍ਹ ਵੈਦ ਬਣੇ ਹੋਏ ਨੇ ਸਾਡੇ ਵੀਰ, ਜਿਹੜੇ ਕਿ 5-7 ਜੜੀ ਬੂਟੀਆਂ ਦੇ ਨਾਮ ਲੈ ਕੇ ਕਹਿ ਦਿੰਦੇ ਨੇ ਕਿ ਜੇ ਤੁਸੀਂ ਇਹ ਖਾ ਲਓ ਤੁਹਾਡੀ ਪ੍ਰੋਬਲਮ ਖਤਮ ਹੈ। ਨਹੀਂ ਨਹੀਂ, ਉਹ ਬਹੁਤ ਮਾੜੀ ਗੱਲ ਹੈ ਜੀ, ਉਹ ਕੰਮ ਨਹੀਂ ਇੱਦਾਂ ਕਰਨਾ
ਜੇ ਮੈਂ ਦੁਕਾਨ ਤੇ ਬੈਠਾ ਮੇਰੇ ਕੋਲ ਕੁਛ ਹੈਗਾ ਤੇ ਮੈਂ ਇੱਥੇ ਬੈਠਾ ਵਾਂ ਮੇਰੇ ਬਾਰੇ ਜਾਣਨਾ ਤੇ ਮੈਂ 5 ਪੀੜ੍ਹੀਆਂ ਤੋਂ ਵੈਦ ਆ ਠੀਕ ਹੈ ਬਾਕੀ ਦੇਖੋ ਨੁਕਤਾ ਦੇਣ ਨੂੰ ਅਸੀਂ ਵੀ ਬਥੇਰੇ ਦੇ ਸਕਦੇ ਹਾਂ ਪਰ ਜਿਹੜੀ ਚੀਜ਼ ਨਾ ਇਹ ਚੀਜ਼ ਬੰਦੇ ਵਾਸਤੇ ਬਹੁਤ ਨੁਕਸਾਨਦੇਹ ਵੀ ਹੋ ਸਕਦੀ ਹੈ ਕਿਉਂਕਿ ਨੁਕਤੇ ਨੂੰ ਨਹੀਂ ਪਤਾ ਮੈਨੂੰ ਕੌਣ ਬੰਦਾ ਖਾਣ ਦਿਆ ਇਹ ਸਾਨੂੰ ਪਤਾ ਹੈ ਜੇ ਅਸੀਂ ਵੇਖ ਕੇ ਨੁਕਤਾ ਦਿੱਤਾ ਕਿ ਅਸੀਂ ਕਿਹੜੇ ਬੰਦੇ ਨੂੰ ਦੇਣਦੇ ਹਾਂ ਠੀਕ ਹੈ ਉਹ ਚੀਜ਼ ਇੱਕ ਗਲਤ ਚੀਜ਼ ਆ ਠੀਕ ਹੈ ਜੀ ਅਤੇ ਵੀਰ ਜੀ ਚਲੋ ਇਸ ਵੀਡੀਓ ਨੂੰ ਖਤਮ ਕਰਦੇ ਹਾਂ ਪਰ ਖਤਮ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰੀ ਫਿਰ ਤੋਂ ਵੀਰਾਂ ਨੂੰ ਇਸ ਜਗ੍ਹਾ ਦਾ ਐਡਰੈਸ ਔਰ ਮੋਬਾਈਲ ਨੰਬਰ ਦੱਸ ਦਿੰਦੇ ਜੇਕਰ ਕੋਈ ਵੀਰ ਆਉਣਾ ਚਾਹੁੰਦਾ ਜਾਂ ਫਿਰ ਸਾਡੇ ਕੋਲੋਂ ਕੋਈ ਨੁਕਤਾ ਮੰਗਵਾਉਣਾ ਚਾਹੁੰਦਾ ਹੈ ਨਾ ਬਿਲਕੁਲ ਬਿਲਕੁਲ ਭਾਅ ਜੀ ਇਹ ਅੰਮ੍ਰਿਤਸਰ ਦੇ ਵਿੱਚ ਫਤਿਹਗੜ੍ਹ ਚੂੜੀਆਂ ਰੋਡ 'ਤੇ ਦੁਕਾਨ ਹੈ ਹਾਂਜੀ ਹਾਂਜੀ ਸਾਡੀ ਇਸ ਟਾਈਮ ਦੋ ਬ੍ਰਾਂਚਾਂ ਨੇ ਇੱਕ ਹਾਲ ਗੇਟ ਹੈ ਠੀਕ ਹੈ ਅਤੇ ਜ਼ਿਆਦਾ ਅਸੀਂ ਇੱਥੇ ਮਿਲਦੇ ਵੱਡੇ ਭਾਅ ਜੀ ਵੀ ਇੱਥੇ ਮਿਲਦੇ ਨੇ ਉੱਥੇ ਜ਼ਿਆਦਾ ਸਮਾਨ ਵਗੈਰਾ ਬਣਦਾ ਹੈ ਜੋ ਸਾਡੇ ਸ਼ਰਬਤ ਵਗੈਰਾ ਸਾਡੇ ਉਹ ਹਾਲ ਗੇਟ ਵਾਲੀ ਦੁਕਾਨ ਤੇ ਬਣਦੇ ਨੇ ਠੀਕ ਹੈ ਜੀ ਤੇ ਬਾਕੀ ਇੱਥੇ ਅਸੀਂ ਮੇਨ ਅਸੀਂ ਬੈਠਦੇ ਹਾਂ ਠੀਕ ਹੈ ਜੀ ਸਵੇਰੇ ਮਤਲਬ 10 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਠੀਕ ਹੈ ਜੀ ਤੇ ਵੀਰ ਜੀ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਹਾਂਜੀ ਹਾਂਜੀ 9919102030 ਇਹ ਮੇਰਾ ਨੰਬਰ ਹੈ ਵੱਡੇ ਭਾਅ ਜੀ ਦਾ ਨੰਬਰ 9877310203 ਠੀਕ ਹੈ ਜੀ ਤੇ ਚਲੋ ਆਸ ਕਰਦੇ ਜਿਹੜੇ ਵੀਰ ਤੁਹਾਡੇ ਕੋਲੋਂ ਨੁਕਤੇ ਲੈਣਾ ਚਾਹੁੰਦੇ ਨੇ ਤੁਹਾਡੇ ਨਾਲ ਆਪਣੀ ਸਮੱਸਿਆ ਦਾ ਹੱਲ ਕਰਾਉਣਾ ਚਾਹੁੰਦੇ ਨੇ ਉਹਨਾਂ ਦੇ ਔਰ ਤੁਹਾਡੇ ਕੰਮ ਜ਼ਰੂਰ ਆਊਗੀ ਤੇ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਮੋਸਟ ਵੈਲਕਮ